ਸਾਲ ਕਹਿੰਦੇ ਵੀ 21000 ਦੇ ਵੱਡੇ ਪ੍ਰਧਾਨ ਦੱਸ ਕੇ ਗਿਆ ਹੈ, ਜਾਣਕਾਰੀਆਂ ਦੇ ਰਿਹਾ ਹੈ ਬਈ ਵੱਡੇ ਯੋਗਦਾਨ ਹੋ ਮੇਜਰ ਚੁੱਕੇ ਵਾਲੇ ਵੀਰ ਦਾ ਵੀ ਧੰਨਵਾਦ ਹੈ। ਅਗਲੇ ਸਾਲ ਕਹਿੰਦੇ ਵੀ 21000 ਦੇ ਵੱਡੇ ਯੋਗਦਾਨ ਹੋਣਗੇ। ਲਓ ਕੁੱਕੂ ਤਲਵਣੀਏ ਬੂਟੇ ਨੂੰ ਮੇਰੇ ਵੀਰੋ ਦੁਨੀਆ ਜਾਣਦੀ ਹੈ। ਲਓ ਤਲਵਣੀਏ ਬੂਟੇ ਦਾ ਪਿੰਡੂ ਹੈ, ਤਲਵਣੀਏ ਮਨੀ ਦਾ ਪਿੰਡੂ ਹੈ। ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁਆਇੰਟਾਂ ਗੁੱਗੂ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ ਵਾਸਤੇ। ਜਿਹੜੇ ਤਾਂ ਮੋਨੂ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰ ਮੋਨੂ ਲਈ ਵੀ ਤਾੜੀਆਂ ਮਾਰ ਦਿਓ। ਆਪਣੇ ਇਲਾਕੇ ਦਾ ਮਾਣ ਹੈ, ਇਹ ਆਪਣੇ ਏਰੀਏ ਦਾ ਮਾਣ ਹੈ ਮੇਰੇ ਵੀਰੋ। ਉਹ ਤੋਂ ਵਾਲੀਆਂ ਮੋਨੂ ਲਓ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਵਾਲਿਆਂ ਨੇ ਆਈਟਮ ਦਾ ਖਿਤਾਬ ਦਿੱਤਾ ਵੀ ਇਹ ਮੁੰਡਾ ਆਈਟਮ ਹੈ। ਜਿਵੇਂ ਧਾਰੀਵਾਲ ਦੇ ਪਾਨੇ ਨੂੰ ਤੋਹਫੇ ਦਾ ਵੀ ਕਬੱਡੀ ਦਾ ਤੋਹਫਾ ਹੈ, ਇਹ ਕਬੱਡੀ ਦੀ ਆਈਟਮ ਹੈ। ਲਓ ਇਸ ਵੇਲੇ ਪੁਆਇੰਟ ਆ, ਇਹ ਜੋ ਅੰਕ ਹੈ ਇਹ ਆਪਣੀ ਟੀਮ ਦੇ ਹਿੱਸੇ ਜੁੜ ਲਿਆ। ਲੋਕੋ ਸੂਰਮੇ ਪਰਖੇ ਜਾਣਗੇ ਵਿੱਚ ਮੈਦਾਨਾਂ ਦੇ, ਚੜ ਚੜ ਹਮਲੇ ਕਰਨਗੇ ਜਿਗਰੇ ਵਾਂਗ ਚਟਾਨਾਂ ਤੇ। ਅੱਤ ਹੋ ਜੂ ਵਿੱਚ ਮੈਦਾਨੇ, ਪੇਚੇ ਪੈ ਗਏ ਨਾਲ ਬਗਾਨੇ, ਕਈਆਂ ਲਾਉਣੇ ਚੱਪੇ ਹੰਧਿਆਂ ਦੇ ਮੋਰੇ ਖੜ ਖੜ ਕੇ। ਫਿਰ ਬੋਲੂਗਾ ਕਬੱਡੀ ਦਾ ਜਨੂਨ ਵੀ ਲੋਕਾਂ ਦੇ ਸਿਰ ਚੜ ਕੇ। ਫਿਰ ਬੋਲੂ ਅਗਲਾ ਮੈਚ ਜਿਹੜਾ ਹਰਵਿੰਦਰ ਹਰਵਿੰਦਰ ਅਗਲਾ ਮੈਚ ਜਿਹੜਾ ਅਕਾਲ ਸਰ ਕਬੱਡੀ ਕਲੱਬ ਮੋਗਾ ਤੇ ਚਮਿਆਰਾ ਦੀਆਂ ਟੀਮਾਂ ਚ ਹੋਣਾ। ਅਗਲਾ ਮੈਚ ਜਿਹੜਾ ਅਕਾਲ ਸਰ ਕਬੱਡੀ ਕਲੱਬ ਮੋਗਾ ਤੇ ਚਮਿਆਰਾ ਦੀਆਂ ਟੀਮਾਂ ਚ ਹੋਣਾ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ ਮਾਨਯੋਗ ਸਤਿਕਾਰਯੋਗ ਸਾਰੇ ਵੀਰਾਂ ਦਾ। ਅੱਜ ਕਹਿੰਦੇ ਵੀ ਕਬੱਡੀ ਦਾ ਜਿਹੜਾ ਜਨੂਨ ਹੈ ਲੋਕਾਂ ਦੇ ਸਿਰ ਝੜ ਬੋਲਦਾ, ਲੋਕਾਂ ਦੇ ਸਿਰ ਝੜ ਬੋਲਦਾ ਕਬੱਡੀ ਦਾ ਜਨੂਨ ਆ। ਕਦੇ ਕਹਿੰਦੇ ਵੀ ਥਰਮੋਸ਼ ਬੋਤਲਾਂ ਟੀ ਸ਼ਰਟਾਂ ਮਿਲਦੀਆਂ ਸੀ, ਅੱਜ ਤਾਂ ਕਾਰਾਂ ਮਿਲਦੀਆਂ, ਅੱਜ ਫੋਰਡ ਅਨਾਜ ਗਿਆਰਾ ਟਰੈਕਟਰ ਮਿਲਦੇ ਆ, ਲੰਡੀਆਂ ਜੀਪਾਂ ਮਿਲਦੀਆਂ ਮੇਰੇ ਪੰਜਾਬੀ ਵੀਰੋ। ਲਓ ਗੁੱਗੂ ਤਲਵੜੀਆ ਕਬੱਡੀ ਪਾ ਰਿਹਾ। ਲਓ ਦੇਖਦੇ ਆ ਚੀਤੇ ਵਰਗੇ ਇਸ ਗੱਭਰੂ ਨੂੰ ਕੌਣ ਡੱਕਦਾ ਹੈ। ਲਓ ਖਾਨੋ ਵਾਲੀਏ ਜਿੰਦਰ ਦਾ ਪੱਠਾ ਮੇਰੇ ਪੰਜਾਬੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਲਓ ਪੁਆਇੰਟ, ਇਹ ਹੁਣ ਸਮਾਂ ਸਮਾਂ ਦੱਸੇਗਾ ਵੀ ਪੁਆਇੰਟ ਆ। ਇਹ ਤਲਵੜੀਏ ਗੁੱਗੂ ਨੇ ਜੋੜ ਲਿਆ। ਏਕਮ ਕੇ ਐਸ ਮੱਖਣ ਦੇ ਪੁੱਤਰ ਦਾ ਨਾਮ ਹੈ, ਵੱਡੇ ਪੁੱਤਰ ਦਾ ਨਾਮ ਏਕਮ ਹੈ, ਛੋਟੇ ਪੁੱਤਰ ਦਾ ਨਾਮ ਸੱਜਣ ਸਿੰਘ ਹੈ। ਇਹ ਏਕਮ ਦੇ ਨਾਂ ਤੇ ਕਲੱਬ ਦਾ ਨਾਮ ਰੱਖਿਆ ਹੋਇਆ। ਕੇ ਐਸ ਮੱਖਣ ਕੁਲਦੀਪ ਸਿੰਘ ਜੀ ਖਾਲਸਾ ਸ਼ੰਕਰ ਦੇ ਕਬੱਡੀ ਕੱਪ ਤੇ ਹਰ ਸਾਲ ਹੀ ਵੱਡੇ ਮਾਣ ਕਰਦੇ ਆ, ਲਿੱਤਰਾਂ ਦੇ ਕੱਪ ਤੇ ਵੀ ਵੱਡੇ ਮਾਣ ਕਰਕੇ ਗਿਆ ਸਾਡਾ ਵੀਰ ਕੇ ਐਸ ਮੱਖਣ, ਉਹਦੇ ਪੁੱਤਰ ਦੇ ਨਾਂ ਤੇ ਏਕਮ ਕਬੱਡੀ ਕਲੱਬ ਜਿਹੜੀ ਸ਼ੰਕਰ ਦੀ ਟੀਮ ਹੈ, ਜਿਹੜੀ ਟੀਮ ਮੇਰੇ ਖੱਬੇ ਹੱਥ ਖੇਡਦੀ ਆ। ਇਹ ਕੁਲਦੀਪ ਸਿੰਘ ਜੀ ਖਾਲਸਾ ਜਿਹਨੂੰ ਆਪਾਂ ਕੇ ਐਸ ਮੱਖਣ ਕਹਿੰਦੇ ਆ ਉਹਦੇ ਪੁੱਤਰ ਦੇ ਨਾਂ ਤੇ ਕਹਿੰਦੇ ਵੀ ਕੇ ਐਸ ਮੱਖਣ ਦੀ ਟੀਮ ਹੈ। ਲਓ ਇਸ ਵੇਲੇ ਖੇਡ ਮੈਦਾਨ ਚ ਮਹਿੜੂ ਦੀ ਟੀਮ ਦੇ ਨਾਲ ਖੇਡ ਰਹੀ ਹੈ। ਲਓ ਉਧਰਲੀ ਸਾਈਡ ਫਿਰ ਘੁੱਦੇ ਦੀ ਕਬੱਡੀ ਹੈ, ਕਾਲੇ ਸੰਘਿਆਂ ਵਾਲੇ ਘੁੱਦੇ ਨੂੰ ਦੁਨੀਆ ਜਾਣਦੀ ਹੈ ਮੇਰੇ ਵੀਰੋ। ਲਓ ਕਾਲੇ ਸੰਘਿਆਂ ਘੁੱਦਾ ਕਹਿੰਦੇ ਖੁੱਚ ਪੱਟ ਕੇ ਉਸੇ ਖੁੱਚ ਨੂੰ ਕੈਂਚੀ ਲਾਉਂਦਾ, ਬੱਗਿਆਂ ਦਾ ਦੁੱਲਾ ਕਹਿੰਦੇ ਆਤਮ ਵਿਸ਼ਵਾਸ ਦਿਖਾਉਂਦਾ, ਪੇਟਾਂ ਦੇ ਚੰਨੇ ਦਾ ਆਈ ਤੇ ਆ ਕੇ ਜੱਫਾ ਲਾਉਣਾ, ਨੰਗਲ ਅੰਬੀਆਂ ਦੇ ਸੰਦੀਪ ਦਾ ਸਭ ਤੋਂ ਮਹਿੰਗਾ ਜਾਫੀ ਕਹਾਉਣਾ ਵਿੱਚ ਦੁਨੀਆ ਦੇ ਮਸ਼ਹੂਰ ਹੈ। ਕਿਹਦੇ ਵਿੱਚ ਕਿਹੜੀ ਖੂਬੀ ਦੱਸਾਂਗੇ ਜ਼ਰੂਰ। ਆ ਮੁੰਡੇ ਦੀ ਖੂਬੀ ਕੀ ਹੈ, ਇਹ ਖੜੇ ਬੰਦੇ ਨੂੰ ਛਾਲ ਮਾਰ ਕੇ ਟੱਪ ਜਾਂਦਾ ਮੇਰੇ ਵੀਰੋ। ਲਓ ਬਾਪ ਉੱਗਾ ਸਮਾਜ ਸੇਵਕ ਹੈ ਤੇ ਪੁੱਤਰ ਕਬੱਡੀ ਦਾ ਸਟਾਰ ਹੈ। ਲਓ ਐਸੇ ਸੀਜ਼ਨੀ ਇਸ ਨੌਜਵਾਨ ਦੀ ਖੇਡ ਦਾ ਸਤਾਰਾ ਚਮਕਿਆ ਮੇਰੇ ਵੀਰੋ। ਲਓ ਇਹ ਬੰਗੜ ਪਰਿਵਾਰ ਦੀਆਂ ਅੱਖੀਆਂ ਦਾ ਤਾਰਾ ਇਹ ਨੌਜਵਾਨ ਮੋਨੂ ਹੈ, ਦੋ ਮੋਨੂ ਖੇਡਦੇ ਆ, ਇੱਕ ਉਮਰਾ ਦੀਨ ਦਾ ਪੁੱਤਰ ਉਦੋਂ ਵਾਲੀ ਆ ਮੇਰੇ ਵੀਰੋ। ਲਓ ਇੱਕ ਇਹ ਨੌਜਵਾਨ ਮੋਨੂ ਹੈ ਨਕੋਦਰੀਆ। ਲਓ ਅਗਲੀ ਕਬੱਡੀ ਨੌਜਵਾਨ ਕੱਲੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਕੱਲੀ ਸ਼ੰਕਰੀਏ ਦੀ ਕਬੱਡੀ ਹੈ। ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਆ। ਲਾ ਵੀ ਸੁਰਲੀ ਸੇ, ਕਹਿੰਦੇ ਵੀ ਅੜਿੱਕਾ ਸਿੰਘ ਨੇ ਤਕੜੇ ਜੱਫੇ ਲਾਏ ਆ ਦੁਨੀਆ ਵਾ, ਇੱਕ ਤਾੜੀ ਮਾਰ ਦੋ ਸ਼ੁਰਲੀ ਦੇ ਲਈ ਵੀ ਮੇਰੇ ਵੀਰੋ। ਇਹ ਖੀਰਾ ਵਾਲ ਦਾ ਸ਼ੁਰਲੀ ਹੈ, ਜਿੱਥੇ ਦਾ ਤਾੜੀ ਜਿੱਥੇ ਦਾ ਗੱਗੀ ਦੁਨੀਆ ਜਾਣਦੀ ਹੈ, ਅੜਿੱਕਾ ਸਿੰਘ ਨੂੰ ਦੁਨੀਆ ਜਾਣਦੀ ਹੈ ਭਾਈ ਅੜਿੱਕਾ ਸਿੰਘ। ਕਹਿੰਦੇ ਵੀ ਉਹਦੀ ਕਬੱਡੀ ਦਾ ਵਾਰਸ ਹੈ ਬਾਪੂ ਜੀ, ਉੱਧਰ ਹੀ ਪੈਸੇ ਫੜਾ ਦੋ ਸਟੇਜ ਤੇ, ਕੋਈ ਪਲੇਅਰ ਤੁਹਾਡੇ ਵਿੱਚ ਨਾ ਲੱਗੇ, ਪਲੇਅਰ ਦਾ ਜਾਣਾ ਕੁਛ ਨਹੀਂ ਤੁਹਾਡਾ ਰਹਿਣਾ ਕੁਛ ਨਹੀਂ, ਜੇ ਪਲੇਅਰ ਤੁਹਾਡੇ ਵਿੱਚ ਲੱਗ ਗਿਆ ਇਹ ਬੇਨਤੀ ਹੈ ਸਟੇਜ ਗਰਾਊਂਡ ਤੋਂ ਬਾਹਰ ਜਾਓ ਤੇ ਪੈਸੇ ਫੜਾ ਦਿਓ, ਕਿਉਂਕਿ ਸਾਨਾ ਜਿੰਨੀ ਜਾਣ ਵਾਲੇ ਪਲੇਅਰ ਪੁੱਜੇ ਹੋਏ ਆ, ਜੇ ਕਿਸੇ ਲੱਗਿਆ ਤਾਂ ਕਰ ਦੇਣਗੇ ਮਾੜੇ ਮੋਟੇ ਬੰਦੇ ਦੀ। ਲਓ ਬਾਹਰ ਹੀ ਆ ਰਹੋ, ਤੁਸੀਂ ਇੱਥੇ ਬੈਠੇ ਰਹੋ ਚੇਅਰ ਤੇ।
ਸ਼ਿੰਝ 19 ਮਾਰਚ ਨੂੰ ਸ਼ਿੰਝ ਮੜਿਆਲੇ ਦਾ ਜਿੱਥੇ ਗੋਪੀ ਲੁਧਿਆਣਾ ਤੇ ਤੀਰਥ ਮਾਹਲ ਦੀ 31 ਯਾਰ ਦੀ ਮੇਰੇ ਵੀਰੋ ਪਟਕੇ ਦੀ ਕੁਸ਼ਤੀ ਹੋਣੀ ਹੈ ਲਓ ਉੱਥੇ ਵੀ ਪੁੱਜਣਾ ਹੈ ਮੜਿਆਲੇ ਦਾ ਸ਼ਿੰਝ ਮੇਲਾ 19 ਮਾਰਚ ਦਾ ਸ਼ਿੰਝ ਮੇਲਾ ਚੱਲੋ ਮੰਨਿਆ ਆ ਮੁੰਡਾ ਇੱਕ ਵੀ ਦੀਪੇ ਬਲ ਦਾ ਵੀਰ ਹੈ ਕਿ ਗਰੁੰਡਾ ਵਿੱਚ ਨਾਮ ਬੋਲਦਾ ਤਕੜੇ ਮੱਲਾਂ ਦਾ ਬੇਰ ਬੇਰ ਕੇ ਰੇਡਾ ਪਾਉਂਦਾ ਮੰਨਾ ਬੱਲਾਂ ਦਾ ਬੇਰ ਬੇਰ ਕੇ ਰੇਡਾ ਪਾਉਂਦਾ ਬਾਬੇ ਸੂਬਾ ਸਿੰਘ ਦਾ ਪੋਤਰਾ ਕਹਿੰਦੇ ਬਾਬੇ ਸੂਬਾ ਸਿੰਘ ਨੇ ਦੋਨੋ ਪੋਤਰੇ ਲਾਡਾ ਨਾਲ ਪਾਲਿਆ ਐਨਕਾਨ ਵਾਂਗੂ ਪਾਲਿਆ ਇਹ ਬਾਬੇ ਸੂਬਾ ਸਿੰਘ ਦਾ ਪੋਤਰਾ ਬਲ ਨੌ ਵਾਲਾ ਮੇਰੇ ਪੰਜਾਬੀ ਵੀਰੋ ਇਸ ਮੁੰਡੇ ਦੇ ਪਿਛਲੇ ਸੀਜ਼ਨ ਲੱਤ ਦੇ ਸੱਟ ਵੱਜੀ ਫਿਰ ਨੌਜਵਾਨ ਨੇ ਦੁਬਾਰਾ ਮਿਹਨਤ ਕਰਕੇ ਬੱਗਿਆਂ ਦੇ ਦੁੱਲੇ ਵਾਂਗਾ ਦੁਬਾਰਾ ਤਿਆਰੀ ਕੀਤੀ ਹੈ ਇਸ ਨੌਜਵਾਨ ਨੇ ਮੇਰੇ ਪੰਜਾਬੀ ਵੀਰੋ ਲਓ ਇਧਰਲੀ ਸਾਹਿਬ ਕਬੱਡੀ ਕੁੱਤੇ ਦੀ ਹੈ ਇਹ ਮੁੰਡਾ ਅੱਲੋ ਢੇਰੀਆਂ ਵਾਲੇ ਰਵੀ ਨੂੰ ਦੁਨੀਆ ਜਾਣਦੀ ਹੈ ਲਓ ਰਵੀ ਦਾ ਪੇਂਡੂ ਉਧਰਲੀ ਸਾਹਿਬ ਤੁਹਾਡੇ ਆਪਣੇ ਨਗਰ ਦਾ ਮੇਰੇ ਵੀਰੋ ਜੇ ਤਾਂ ਜੱਫਾ ਲੱਗ ਗਿਆ ਤੇ ਆਪ ਹੀ ਮਾਰ ਦਿਓ ਮੇਰੇ ਵੀਰੋ ਕਿਉਂਕਿ ਤੁਹਾਡੇ ਨਗਰ ਦਾ ਇਹ ਬੱਬੂ ਹੈ ਮੇਰੇ ਵੀਰੋ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਬੂ ਨੇ ਅੰਕ ਜੋੜ ਲਿਆ ਤੇ ਇੱਥੇ ਹੀ ਸਮਾਂ ਸਮਾਪਤ ਹੈ ਇਹਦੇ ਵਿੱਚ ਸ਼ੰਕਰ ਦੇ 7 ਪੁਆਇੰਟ ਮਹੇੜੂ ਦੇ 20 ਪੁਆਇੰਟ ਰਹੇ ਆ ਬੱਲੀ ਆ ਬੱਲੀ ਵੀਰ ਜੀ ਇੱਕ ਵਾਰ ਪਲੇਅਰਾਂ ਨਾਲ ਸੰਪਰਕ ਕਰਿਓ ਬੱਲੀ ਵੀਰ ਜੀ ਇੱਕ ਵਾਰ ਸੰਪਰਕ ਜੀ ਮਾਹੌਲ ਸਾਹਿਬ ਦੇ ਪੁਛਾ ਜੀ ਆ ਜਾਣ ਜੀ ਟੀਮਾਂ ਜਲਦੀ ਤੋਂ ਜਲਦੀ ਟੀਮਾਂ ਆ ਜਾਣ ਜੀ ਟੀਮਾਂ ਅਗਲੀਆਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜਣ ਉੱਧਰ ਮੇਜਰ ਸਿੰਘ ਜੀ ਹੌਲਕਾ ਵਾਲੇ ਪੁੱਜੇ ਹੋਏ ਆ ਧੰਨਵਾਦ ਆ ਨਾਲੇ ਬੰਤੂ ਪੁੱਜਿਆ ਹੋਇਆ ਸਾਡਾ ਵੀਰ ਬਹੁਤ ਬਹੁਤ ਹੌਲਕਾ ਵਾਲੀ ਚਾਨੀ ਹੁਣੀ ਪੁੱਜੇ ਹੋਏ ਧੰਨਵਾਦ ਆ ਕਿਹੜੀ ਟੀਮ ਜੇਤੂ ਆ ਇਹਦੇ ਵਿੱਚ ਮਹਿੜੂ ਮਾਸਟਰ ਜੀ ਜੇਤੂ ਰਹੀ ਆ ਮਹਿੜੂ ਦੀ ਟੀਮ ਜੇਤੂ ਰਹੀ ਆ ਜੀ ਲਿਖ ਲਓ ਲਓ ਅਗਲੇ ਰਾਊਂਡ ਦੇ ਵਿੱਚ ਪੁੱਜ ਗਈ ਆ ਤੁਹਾਡੇ ਜਿਹੜੀ ਪਿੰਡ ਦੀ ਟੀਮ ਹੈ ਲਓ ਇਸ ਵੇਲੇ ਖੇਡ ਮੈਦਾਨ ਵਿੱਚ ਅਗਲੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਹਾਂਜੀ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਜਾਵੇ ਹਾਂਜੀ ਲੜਕੀਆਂ ਦਾ ਮੈਚ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ਇਹਦੇ ਤੋਂ ਅਗਲਾ ਮੈਚ ਜਿਹੜਾ ਆ ਲਓ ਲੜਕੀਆਂ ਦੀ ਟੀਮ ਇੱਕ ਖੇਡ ਮੈਦਾਨ ਵਿੱਚ ਆ ਗਈ ਆ ਦੂਜੀ ਟੀਮ ਦਵਿੰਦਰ ਕਿਹੜੀ ਆ ਦਵਿੰਦਰ ਦੂਜੀ ਟੀਮ ਜਗਰਾਉਂ ਦੀ ਟੀਮ ਹੈ ਲਓ ਮਹਿਤਪੁਰ ਦੀ ਜੱਸੀ ਖਿਡਾਰਨ ਵੀ ਪੁੱਜ ਗਈ ਆਪਣੀ ਟੀਮ ਨੂੰ ਲੱਗ ਕੇ ਦਵਿੰਦਰ ਬਿੱਲਿਆਂ ਵਾਲੀ ਖਿਡਾਰਨ ਪੁੱਜੀ ਹੋਈ ਆ ਆਹ ਖਿਡਾਰਨ ਟਾਲੀ ਪਿੰਡ ਦੀ ਆ ਲਓ ਇਹ ਖਿਡਾਰਨ ਬਾਬੇ ਦੇ ਨਾਂ ਨਾਲ ਜਾਂਦੀ ਹੈ ਜਾਣੀ ਜਾਂਦੀ ਖਿਡਾਰਨ ਪੁੱਜੀ ਹੋਈ ਆ ਟਾਲੀ ਗੋਪੀ ਨਹੀਂ ਪੁੱਜੀ ਜਿਸ ਖਿਡਾਰਨ ਨੇ ਫਿਰੋਜ਼ਪੁਰ ਦੀਆਂ ਖੇਡਾਂ ਦੇ ਵਿੱਚੋਂ ਕਹਿੰਦੇ ਵੀ ਜਲੰਧਰ ਵਾਸਤੇ ਸੋਨੇ ਦਾ ਮੈਡਲ ਜਿੱਤਿਆ ਟਾਲੀ ਪਿੰਡ ਦੀ ਗੋਪੀ ਦੀ ਉਸੇ ਪਿੰਡ ਦੀ ਇਹ ਖਿਡਾਰਨ ਹੈ ਜਿਸ ਖਿਡਾਰਨ ਨੇ ਇੱਕ ਨੰਬਰ ਦੀ ਯੂਨਿਟ ਦੇ ਵਿੱਚ ਹੈ ਲਓ ਉਧਰਲੀ ਸਾਈਡ ਮੈਂ ਵੇਖਦਾ ਵੀ ਟੀਮ ਜਲੰਧਰ ਇੱਕ ਸਾਈਡ ਆ ਜਗਰਾਉਂ ਦੀ ਟੀਮ ਹੈ ਲਓ ਸ਼ੋਅ ਮੈਚ ਵੀਰ ਜੀ ਗਰਾਊਂਡ ਖਾਲੀ ਕਰ ਦੋ ਮੇਜਰ ਸਿੰਘ ਜੀ ਚੁੱਕੇ ਅਗਲੇ ਸਾਲ ਮੇਰੇ ਵੀਰੋ 21,000 ਦੇ ਵੱਡੇ ਯੋਗਦਾਨ ਹੋਣਗੇ ਮੇਜਰ ਸਿੰਘ ਜੀ ਚੁੱਕੇ ਵੱਲੋਂ ਮੇਰੇ ਵੀਰੋ ਅਗਲੇ ਸਾਲ 21,000 ਦੇ ਵੱਡੇ ਯੋਗਦਾਨ ਹੋਣੇ ਆ ਬਹੁਤ ਬਹੁਤ ਧੰਨਵਾਦ ਮੇਜਰ ਸਿੰਘ ਜੀ ਚੁੱਕੇ ਉਹਨਾਂ ਦਾ ਲਓ 365 ਵਾਲੇ ਦੇ ਕੈਮਰੇ ਫੋਕਸ ਹੈ ਹੈਪੀ ਸਿੱਧੂ ਸਾਡੇ ਵੀਰੋ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜਾ ਅਗਲਾ ਮੈਚ ਹੋਣਾ ਆ ਮੂਲਵਾਲ ਖਹਿਰਾ ਤੇ ਚਮਿਆਰਾ ਦੀਆਂ ਟੀਮਾਂ ਤਿਆਰ ਹੋ ਕੇ ਗਰਾਊਂਡ 'ਚ ਪਹੁੰਚਣ ਲੜਕੀਆਂ ਦਾ ਮੈਚ ਖਤਮ ਹੋਣ ਦੇ ਬਾਅਦ ਮੂਲਵਾਲ ਖਹਿਰਾ ਤੇ ਚਮਿਆਰਾ ਦੀਆਂ ਟੀਮਾਂ ਜਲਦੀ ਗਰਾਊਂਡ 'ਚ ਪਹੁੰਚਣ ਸਿਰੇ ਦਾ ਮੈਚ ਹੋਣਾ ਮੇਰੇ ਪੰਜਾਬੀ ਵੀਰੋ ਇਹ ਜਿਹੜਾ ਮੈਚ ਹੋਣਾ ਇਹ ਵੀ ਮੈਚ ਸਿਰੇ ਦਾ ਖੇਡਿਆ ਜਾਣਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਖਿਡਾਰਨ ਤੇ ਦਵਿੰਦਰ ਪਾਈ ਆ ਕਬੱਡੀ ਸਾਈਡ ਮੈਡਮ ਇਹ ਜੋ ਪੁਆਇੰਟ ਇਹ 15 ਪੁਆਇੰਟਾਂ ਦਾ ਮੈਚ ਹੈ ਜੀ 15 ਪੁਆਇੰਟ ਠੀਕ ਹੈ ਅਗਲੀਆਂ ਟੀਮਾਂ ਜਲਦੀ ਆ ਜਾਣ ਖੇਡ ਮੈਦਾਨ ਦੇ ਵਿੱਚ ਆ
ਮੂਲਿਆਂ ਖੈੜਾ ਤੇ ਚਮਿਆੜੇ ਦੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਾ ਜਿੱਥੇ ਮਾਵਾਂ ਦੇ ਬਲੀ ਯੋਧੇ ਕਬੱਡੀ ਖੇਡਦੇ ਆ ਉੱਥੇ ਇਹ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਮੇਰੇ ਵੀਰੋ ਇਹਨਾਂ ਨੇ ਵੀ ਮੈਡਲ ਜਿੱਤੇ ਆ ਵਰਲਡ ਕੱਪ ਜਿੱਤੇ ਹੋਏ ਆ ਲਓ ਉਧਰਲੀ ਸਾਈਡ ਇਸ ਵੇਲੇ ਇਸ ਖਿਡਾਰਨ ਦਾ ਨਾਮ ਦੱਸੋ ਮੈਨੂੰ ਜੱਸੀ ਕੀ ਨਾਮ ਹੈ ਇਸ ਖਿਡਾਰਨ ਦਾ ਠੀਕ ਆ ਕਹਿੰਦੇ ਨਵੀਂ ਖਿਡਾਰਨ ਆ ਲਓ ਇਸ ਵੇਲੇ ਪੁਆਇੰਟ ਇਸ ਖਿਡਾਰਨ ਨੇ ਜੋੜ ਲਿਆ ਆਪਣੀ ਟੀਮ ਦੇ ਵਾਸਤੇ ਲਓ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਾਰਨ ਮੇਰੀ ਵੀ ਉੱਤਰਦੀ ਹੈ ਲਓ ਇਸ ਵੇਲੇ ਖੇਡ ਮੈਦਾਨ ਵਿੱਚ ਦੂਜਾ ਜਾਂ ਤੀਜਾ ਮੈਚ ਆ ਇਸ ਖਿਡਾਰਨ ਲਓ ਪੁਆਇੰਟ ਆ ਇਸ ਖਿਡਾਰਨ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ ਇਹ ਤਾਂ ਰਿਕਾਰਡ ਹੀ ਕਾਇਮ ਕਰਦਾ ਇਸ ਖਿਡਾਰਨ ਨੇ ਚਾਰ ਕੁ ਸੈਕਿੰਡ ਵਿੱਚ ਹੀ ਪੁਆਇੰਟ ਜੋੜ ਲਿਆ ਲਓ ਅੰਕਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਉਹਦੇ ਲਈ ਸਾਰ ਕਿੱਕਲੀ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ ਲਓ ਇਧਰਲੀ ਸਾਈਡ ਖੇਡ ਮੈਦਾਨ ਦੇ ਵਿੱਚ ਆ ਇਹ ਦਵਿੰਦਰ ਜਿੰਨੀ ਨਿੱਕੀ ਓਨੀ ਤਿੱਖੀ ਆ ਲਓ ਦੇਖੋ ਖੇਡ ਮੈਦਾਨ ਵਿੱਚ ਮੈਂ ਤੇ ਇੱਥੇ ਅਕਾਲ ਸਰ ਮੋਗੇ ਵਾਲਾ ਕੋਈ ਖਿਡਾਰੀ ਆ ਕੇ ਮੰਚ ਕੋਲ ਮਿਲੇ ਅਕਾਲ ਸਰ ਮੋਗੇ ਵਾਲਾ ਇਹ ਬਿੱਲੇ ਪਿੰਡ ਦੀ ਖਿਡਾਰਨ ਦਵਿੰਦਰ ਹੈ ਮੇਰੇ ਵੀਰੋ ਇਹ ਖਿਡਾਰਨ ਦੰਦਾਂ ਨਾਲ ਮੋਟਰਸਾਈਕਲ ਵੀ ਖਿੱਚਦੀ ਆ ਮੈਂ ਵੇਖਦਾ ਹੁੰਦਾ ਕਬੱਡੀ ਕੱਪਾਂ ਦੇ ਵਿੱਚ ਆ ਦੌੜ ਵੀ ਲਾਉਂਦੀ ਆ 5000 ਮੀਟਰ ਦੀ ਦੌੜ ਵੀ ਲਾਉਂਦੀ ਹੈ 5000 ਮੀਟਰ ਜਾਣੀ 5 ਕਿਲੋਮੀਟਰ ਦੀ ਰੇਸ ਵੀ ਲਾਉਂਦੀ ਹੈ ਐਥਲੀਟ ਈਵੈਂਟਸ ਦੇ ਵਿੱਚ ਵੀ ਨਾਮ ਨਾਲ ਖੱਟਿਆ ਸਕੂਲਾਂ ਦੀਆਂ ਖੇਡਾਂ ਦੇ ਵਿੱਚੋਂ ਇਸ ਖਿਡਾਰਨ ਨੇ ਲਓ ਇੱਕ ਸਾਈਡ ਟਾਹਲੀ ਪਿੰਡ ਦੀ ਬਾਬਾ ਨਾਮ ਹੈ ਇਸ ਖਿਡਾਰਨ ਦਾ ਤੇ ਪੁਆਇੰਟ ਫਾਉਲ ਹੈ ਫਾਉਲ ਨਾ ਇਹ ਯੂਨਿਸ ਨਹੀਂ ਬਣਨੀ ਟੀ ਸ਼ਰਟ ਨਹੀਂ ਬਣਨੀ ਬੇਨਤੀ ਆਏ ਫਾਉਲ ਹੈ ਲਓ ਇਹ ਜੋ ਅੰਕ ਹੈ ਇਸ ਖਿਡਾਰਨ ਦੇ ਹਿੱਸੇ ਹੈ ਠੀਕ ਹੈ ਇਸੇ ਨਗਰ ਦੀ ਖਿਡਾਰਨ ਹੈ ਇਸੇ ਨਗਰ ਦੀ ਖਿਡਾਰਨ ਹੈ ਬੜੇ ਮਾਣ ਵਾਲੀ ਗੱਲ ਹੈ ਇਹਨਾਂ ਖਿਡਾਰਨਾਂ ਨੇ ਵੀ ਨਾਮ ਉੱਚੇ ਕੀਤੇ ਆਪਣੇ ਪਿੰਡਾਂ ਦੇ ਨਾਮ ਉੱਚੇ ਕੀਤੇ ਆਹ ਖਿਡਾਰਨ ਕਿੱਧਰ ਤੁਰ ਪਏ ਆ ਇਹ ਖਿਡਾਰਨ ਜਿਹੜਾ ਪੁਆਇੰਟ ਹੈ ਜਿਹੜਾ ਅੰਕ ਹੈ ਇਹ ਲੱਗਦਾ ਨਵੀਂ ਖਿਡਾਰਨ ਹੈ ਬਿਲਕੁਲ ਨਵੀਂ ਮੈਚ ਬਿਲਕੁਲ ਪਹਿਲੇ ਮੈਚ ਵਿੱਚ ਦੇਖੀ ਹੈ ਖਿਡਾਰਨ ਲਓ ਦਵਿੰਦਰ ਫਾਉਲ ਹੈ ਇਹ ਵੀ ਫਾਉਲ ਹੈ ਫਾਉਲ ਹੈ ਅਗਲੀਆਂ ਟੀਮਾਂ ਮੂਲੇ ਵਾਲ ਖਹਿਰਾ ਤੇ ਚਮਿਆਰਾ ਦੀਆਂ ਟੀਮਾਂ ਗਰਾਊਂਡ 'ਚ ਪਹੁੰਚ ਜਾਣ ਮੂਲੇ ਵਾਲ ਖਹਿਰਾ ਤੇ ਚਮਿਆਰਾ ਦੀਆਂ ਟੀਮਾਂ ਲਓ ਆਹ ਖਿਡਾਰਨ ਵਾਲੀ ਕੈਂਚੀਆਂ ਲਾ ਰਹੇ ਹੱਥ ਛੱਡ ਛੱਡ ਕੇ ਲਓ ਦੇਖੋ ਖੇਡ ਮੈਦਾਨ ਦੇ ਵਿੱਚ 500 ਰੁਪਇਆ ਸਾਡੇ ਵੀਰ ਮੰਗਲ ਸਿੰਘ ਅਰਲਣ ਵਾਲੇ ਭੇਜਦੇ ਆ ਬੋਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਚਾਰ ਸਿੰਘ ਜੀ ਬਲ ਉਹਨਾਂ ਨੂੰ ਬੇਨਤੀ ਹੈ ਮੰਚ ਦੇ ਪਹੁੰਚਣ ਜੀ ਮੰਚ ਦੇ ਜਾ ਕੇ ਬਿਰਾਜਮਾਨ ਹੋਣ ਬਹੁਤ ਬਹੁਤ ਧੰਨਵਾਦ ਹੈ 500 ਰੁਪਇਆ ਭੇਜਦੇ ਆ ਮੰਗਲ ਸਿੰਘ ਜੀ ਆਇਰਲੈਂਡ ਵਾਲੇ ਆ ਖਿਡਾਰਨ ਟਾਹਲੀ ਪਿੰਡ ਦੀ ਖਿਡਾਰਨ ਹੈ ਲਓ ਦੇਖੋ ਖੇਡ ਮੈਦਾਨ ਵਿੱਚ ਲਓ ਇਧਰਲੀ ਸਾਈਡ ਪੁਆਇੰਟ ਆ ਇਹ ਇਸ ਖਿਡਾਰਨ ਬਾਬਾ ਨਾਮ ਹੈ ਇਸ ਖਿਡਾਰਨ ਦਾ ਬਾਬੇ ਦੇ ਤੌਰ ਤੇ ਕਬੱਡੀ ਵਿੱਚ ਜਾਣਦੇ ਆ ਪੱਕਾ ਨਾਮ ਤੇਰਾ ਕੀ ਹੈ ਮੈਨੂੰ ਪੱਕਾ ਨਾਮ ਕਿਉਂਕਿ ਜੋ ਨਿਕਨੇਮ ਹੈ ਉਹ ਆਪਾਂ ਰੱਖਦੇ ਹਾਂ ਪਰਮਜੀਤ ਹੈ ਪਰਮਜੀਤ ਮੈਂ ਹੁਣ ਪਰਮਜੀਤ ਆਖਿਆ ਕਰਨਾ ਵੀ ਪਰਮਜੀਤ ਦੇ ਖਿਡਾਰਨ ਹੈ ਕਿਉਂਕਿ ਜੋ ਬਾਬਾ ਨਾਮ ਹੈ ਉਹ ਬਿਲਕੁਲ ਹੋਰ ਤਰ੍ਹਾਂ ਲੱਗਦਾ ਹੈ ਇਹ ਪਰਮਜੀਤ ਹੈ ਟਾਹਲੀ ਪਿੰਡ ਦੀ ਖਿਡਾਰਨ ਮੇਰੇ ਪੰਜਾਬੀ ਵੀਰੋ ਲਓ ਉਧਰਲੀ ਸਾਈਡ ਆ ਦਵਿੰਦਰ ਹੈ ਨਾਲ ਹੀ ਜੱਸੀ ਹੈ ਲਓ ਦੇਖੋ ਕਿਹੜੀ ਖਿਡਾਰਨ ਹੈ ਲਓ ਪੜਿਆ ਹੋਇਆ ਗੁੱਟ ਇਸ ਖਿਡਾਰਨ ਦਾ ਉਹ ਤਾੜੀਆਂ ਮਾਰ ਦੋ ਇਹਨਾਂ ਖਿਡਾਰਨਾਂ ਲਈ ਵੀ ਮੇਰੇ ਵੀਰੋ ਕੀ ਗੱਲ ਆ ਮਾਰੋ ਖਿੱਚ ਕੇ ਤਾੜੀਆਂ ਇਹਨਾਂ ਖਿਡਾਰਨਾਂ ਨੇ ਵੀ ਮਿਹਨਤ ਕੀਤੀ ਹੈ ਇਹ ਕਬੱਡੀ ਐਵੇਂ ਨਹੀਂ ਖੇਡ ਹੁੰਦੀ ਮੇਰੇ ਵੀਰੋ ਇਹਦੇ ਵਿੱਚ ਮਿਹਨਤਾਂ ਕਰਨੀਆਂ ਪੈਂਦੀਆਂ ਕੂਣੀਆਂ ਗੋਡੇ ਛਿੱਲੇ ਜਾਂਦੇ ਆ ਫਿਰ ਜਾ ਕੇ ਕਬੱਡੀ ਖੇਡ ਹੁੰਦੀ ਆ ਮੇਰੇ ਵੀਰੋ ਇਹਨਾਂ ਖਿਡਾਰਨਾਂ ਨੇ ਵੀ ਧੀਆਂ ਨੇ ਵੀ ਬੜੀ ਮਿਹਨਤ ਕੀਤੀ ਆ ਲਓ ਇਧਰਲੀ ਸਾਈਡ ਵਾਹ ਜੀ ਵਾਹ ਲਓ ਪੁਆਇੰਟ ਆ ਇਹ ਜੋ ਅੰਕ ਆ ਇਹ ਪਰਮਜੀਤ ਦੀ ਟੀਮ ਲਈ ਇਸ ਖਿਡਾਰਨ ਨੇ ਜੋੜ ਲਿਆ ਪਾਓ ਜੀ ਕਬੱਡੀ ਇੱਕ ਇਸ ਖਿਡਾਰਨ ਨੂੰ ਜ਼ਰੂਰ ਕਬੱਡੀ ਪਾਉਣੀ ਹੈ ਇਹ ਜਿਹੜੀ ਖਿਡਾਰਨ ਹੈ ਇਹਨੇ ਇੱਕ ਹੋਰ ਕਬੱਡੀ ਪਾਉਣੀ ਹੈ ਲਓ ਉੱਧਰ ਕਬੱਡੀ ਇਸ ਵੇਲੇ ਖੇਡ ਲਓ ਆਲਰਾਊਂਡਰ ਖਿਡਾਰਨ ਰਿਲੀਜ਼ ਸਾਈਡ ਹੈ ਰੈੱਡ ਕਲਰ ਦੀ ਯੂਨਿਸ ਦੇ ਵਿੱਚ ਹੈ ਮੇਰੇ ਪੰਜਾਬੀ ਵੀਰੋ ਲਓ ਦੇਖੋ ਇਧਰਲੀ ਸਾਈਡ ਖੇਡ ਮੈਦਾਨ ਦੇ ਵਿੱਚ ਆ ਪਿਛਲ ਕੋਈ ਭੱਜੀ ਆ ਰਹੀ ਹੈ ਇਹ ਖਿਡਾਰਨ ਤੇ ਉੱਧਰਲੀ ਸਾਈਡ ਫੜਿਆ ਹੋਇਆ ਗੁੱਟ ਤੇ ਤਾੜੀ ਮਾਰਦਾ ਮੇਰੇ ਵੀਰੋ ਇਸ ਖਿਡਾਰਨ ਦੇ ਵਾਸਤੇ ਬੜੀ ਮਿਹਨਤ ਹੈ ਇਸ ਖਿਡਾਰਨ ਦੀ ਵੀ
ਇਹ ਕਬੱਡੀ ਐਵੇਂ ਨਹੀਂ ਖੇਡ ਹੁੰਦੀ ਮੇਰੇ ਪੰਜਾਬੀ ਵੀ ਉਹ ਮਿਹਨਤ ਕਰਨੀ ਪੈਂਦੀ ਆ ਲਓ ਉਧਰਲੀ ਸਾਈਡ ਕਬੱਡੀ ਅਮਨ ਅਮਨ ਖਿਡਾਰ ਕਿਸੇ ਨਗਰ ਦੀ ਆ ਲਓ ਇਧਰਲੀ ਸਾਈਡ ਦੇਖੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਉਹਨੂੰ ਕਬੱਡੀ ਪਾਤਾ ਲੈਣ ਤੋਂ ਪਹਿਲਾਂ ਡਰਾਈ ਜਾਂਦੀ ਆ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਲਓ ਅਮਨ ਦੀ ਕਬੱਡੀ ਦੇ ਪਰਮਜੀਤ ਟਾਲੀ ਪਿੰਡ ਦੀ ਖਿਡਾਰਨ ਤਾੜੀਆਂ ਮਾਰਦਾ ਮੇਰੇ ਵੀਰੋ ਫੜਿਆ ਹੋਇਆ ਗੁੱਟ ਵਾਹ ਜੀ ਵਾਹ ਤਾੜੀਆਂ ਖਿੱਚ ਕੇ ਮਾਰੋ ਜੇ ਜੱਪਾ ਲੱਗਿਆ ਜੇ ਸਟੰਪ ਲੱਗੀ ਚਮਿਆਰਾ ਦੇ ਮੂਲੇ ਵਾਲ ਖੜਾ ਜਲਦੀ ਤੋਂ ਜਲਦੀ ਗਰਾਉਂਡ ਪਾ ਲਓ ਚਮਿਆਰਾ ਦੇ ਮੂਲੇ ਵਾਲ ਖੜਾ ਤੇ ਮੂਲੇ ਵਾਲ ਖੜਾ ਚਮਿਆਰੇ ਵਾਲਿਓ ਆ ਜਾਓ ਜਲਦੀ ਤੁੰਨੇ ਇੰਦਰਜੀਤ ਸਿੰਘ ਤੁੰਨੇ ਨੂੰ ਬੇਨਤੀ ਆ ਕਬੱਡੀ ਵਿੱਚ ਸਟੀਲ ਦੇ ਤੌਰ ਤੇ ਜਾਣਿਆ ਜਾਂਦਾ ਚਮਿਆਰੇ ਪਿੰਡ ਦਾ ਤੁੰਨਾ ਲਓ ਉਹਦੇ ਸਾਈਡ ਸੁਲੱਖਣ ਸਿੰਘ ਜੀ ਖੜਿਆ ਕਹਿੰਦੇ ਵੀ ਕਿ ਤਾੜੀਆਂ ਜ਼ਰੂਰ ਮਰਵਾ ਦਿਓ ਜ਼ਰੂਰ ਜਦੋਂ ਮੈਚ ਸਮਾਪਤ ਹੋਵੇਗਾ ਖਿਡਾਰਨਾਂ ਦੇ ਵਾਸਤੇ ਵੀ ਸਾਰੇ ਵੀਰ ਤਾੜੀਆਂ ਮਰਨਗੇ ਇਹ ਵੀ ਮਾਵਾਂ ਦੀਆਂ ਧੀਆਂ ਇਹਨਾਂ ਨੇ ਵੀ ਖਿਡਾਰਨ ਇਹਨਾਂ ਖਿਡਾਰਨਾਂ ਨੇ ਵੀ ਮਿਹਨਤ ਕੀਤੀ ਆ ਕਬੱਡੀ ਐਵੇਂ ਨਹੀਂ ਖੇਡ ਹੁੰਦੀ ਲਓ ਦੇਖੋ ਉਧਰਲੀ ਸਾਈਡ ਦਵਿੰਦਰ ਲਓ ਖਿਡਾਰਨ ਨੇ ਚੱਕੇ ਜਾਮ ਕਰ ਦਿੱਤੇ ਆ ਲਓ ਉਧਰਲੀ ਸਾਈਡ ਦੇਖੋ ਖੇਡ ਮੈਦਾਨ ਦੇ ਵਿੱਚ ਆ ਭਰੀਆਂ ਹੋਈਆਂ ਬਗਲਾਂ ਤੇ ਨਾਲ ਹੀ ਇਹ ਜੋ ਅੰਕ ਹੈ ਇਹ ਜੋ ਇਹ ਬਿੱਲਿਆਂ ਦੀ ਖਿਡਾਰਨ ਦੇ ਹਿੱਸੇ ਜੁੜ ਚੁੱਕਿਆ ਲਓ ਉਧਰਲੀ ਸਾਈਡ ਅਗਲੀ ਕਬੱਡੀ ਜੱਸੀ ਇਹ ਖਿਡਾਰਨ ਮਹਿਤਪੁਰ ਦੀ ਖਿਡਾਰਨ ਹੈ ਜਿਸ ਖਿਡਾਰਨ ਨੇ ਇਸ ਵੇਲੇ ਕਬੱਡੀ ਪਾਈ ਆ ਲਓ ਪਾਈ ਹੋਈ ਕਬੱਡੀ ਤੇ ਦੇਖਦੇ ਆ ਪਰਮਜੀਤ ਉਰਲੀ ਸਾਈਡ ਆ ਆ ਖਿਡਾਰਨ ਕਪਤਾਨ ਹੈ ਕਪਤਾਨ ਆ ਲਓ ਇਧਰਲੀ ਸਾਈਡ ਆ ਇਹ ਤਾਂ ਕਵਾਦੋ ਕੁੱਟੀਆਂ ਲਓ ਦੇਖੋ ਤਾਂ ਇਧਰਲੀ ਸਾਈਡ ਪਰਮਜੀਤ ਆ ਖੇਡ ਮੈਦਾਨ ਦੇ ਵਿੱਚ ਆ ਤਾੜੀ ਮਾਰ ਦੋ ਇਸ ਖਿਡਾਰਨ ਦੇ ਵਾਸਤੇ ਵੀ ਮੇਰੇ ਵੀਰੋ ਇਹ ਖਿਡਾਰਨ ਟਾਲੀ ਪਿੰਡ ਦੀ ਖਿਡਾਰਨ ਹੈ 18 ਤੇ 19 ਤਰੀਕਾ ਟਾਲੀ ਦੇ 18 ਤੇ 19 ਤਰੀਕਾ ਇਹਦੇ ਪਿੰਡ ਤੇ ਖੇਡ ਮਿਲਦੇ ਤਰੀਕਾ ਤੇ ਨਾਲ ਹੀ ਸੱਦਾ ਪੱਤਰ ਭੇਜ ਰਹੀ ਆ ਵੀ ਭਾਜੀ ਤੁਸੀਂ ਜ਼ਰੂਰ ਟਾਈਮ ਕੱਢ ਕੇ 19 ਤਰੀਕ ਨੂੰ ਆਉਣਾ 19 ਤਰੀਕ ਨੂੰ ਕਹਿੰਦੀ ਸਾਹਿਬ ਮੇਰੇ ਪਿੰਡ ਦਾ ਖੇਡ ਮੇਲਾ ਲਓ ਉਹੀ ਖਿਡਾਰਨ ਤੇ ਉਧਰਲੀ ਸਾਈਡ ਖੇਡ ਮੈਦਾਨ ਦੇ ਵਿੱਚ ਮੈਂ ਵੇਖ ਰਿਹਾ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੁਆਇੰਟ ਇਸ ਖਿਡਾਰਨ ਨੇ ਜੋੜ ਲਿਆ ਆ ਜਾਣ ਦੀ ਟੀਮਾਂ ਚਮਿਆਰੇ ਵਾਲਿਓ ਆ ਜਾਓ ਜਲਦੀ ਬੂਟੇ ਉਹਨਾਂ ਨੂੰ ਬੇਨਤੀ ਆ ਜਲਦੀ ਆਓ ਖੇਡ ਮੈਦਾਨ ਦੇ ਵਿੱਚ ਹੈਪੀ ਉਹਨਾਂ ਨੂੰ ਬੇਨਤੀ ਨਾਲ ਹੀ ਕਬੱਡੀ ਦੇ ਵਿੱਚ ਸਟੀਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਚਮਿਆਰੇ ਪਿੰਡ ਦੇ ਤੁੰਨੇ ਨੂੰ ਵੀ ਬੇਨਤੀ ਹੈ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ ਲਓ ਉਧਰਲੀ ਸਾਈਡ ਵਾਹ ਵਾਹ ਜੀ ਵਾਹ ਲਓ ਇੱਕ ਤਾੜੀ ਖਿੱਚ ਕੇ ਮਾਰੋ ਮੇਰੇ ਵੀਰੋ ਨੇ ਖਿਡਾਰੀਆਂ ਦੇ ਵਾਸਤੇ ਖਿੱਚ ਕੇ ਤਾੜੀ ਮਾਰ ਦੋ ਲਓ ਪੂਰਾ ਜ਼ੋਰ ਲੱਗਿਆ ਹੋਇਆ ਖਿਡਾਰੀਆਂ ਦਾ ਲਓ ਸੁਖਦੇਵ ਸਿੰਘ ਦੀ ਮਰਿਆਦੇ ਵਾਲੇ ਇੰਤਜ਼ਾਰ ਕਰ ਰਿਹਾ ਵੀ 30 ਸੈਕਿੰਡ ਦਾ ਘੁੱਗੂ ਕਦੋਂ ਬੋਲਦਾ ਲਓ ਕਿ ਪੁਆਇੰਟ ਆ ਅੰਕ ਠੀਕ ਆ ਚਾਰ ਪੁਆਇੰਟ ਬਾਕੀ ਆ ਹਾਂਜੀ ਲਾਡੀ ਵੀਰ ਜੀ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਮੇਰੇ ਵੀਰੋ ਜੀ ਟੀਮਾਂ ਆ ਗਈਆਂ ਟੀਮਾਂ ਲਓ ਆ ਜਾਓ ਜਲਦੀ ਲਓ ਉੱਧਰ ਸ਼ੋ ਮੈਚ ਕਹਿੰਦੇ ਵੀ ਕਲਾਰੀ ਵੀ ਹੁਣੇ ਹੁਣੇ ਸਮਾਪਤ ਹੋਇਆ ਟਾਲੀ ਪਿੰਡ ਦੀ ਗੋਪੀ ਦੀ ਟੀਮ ਨੇ ਰਾਜਨ ਕਹਿੰਦੇ ਵੀ ਮੈਚ ਜਿੱਤ ਲਿਆ ਜਿੱਥੇ 21,000 ਪ੍ਰਾਈਜ਼ ਸੀ ਟਾਲੀ ਪਿੰਡ ਦੀ ਗੋਪੀ ਜੋ ਕਪਤਾਨ ਹੈ ਉਹਨਾਂ ਨੇ ਮੈਚ ਜਿੱਤਿਆ ਲਓ ਲਓ ਪਰਮਜੀਤ ਇੱਕ ਸਟਾਪ ਤੇ ਨਾਲ ਹੀ ਦਰਸ਼ਕ ਵੀਰ ਤਾੜੀਆਂ ਮਾਰਨਗੇ ਤੇਰੇ ਵਾਸਤੇ ਵੀ ਇਸ ਮਾਂ ਦੀ ਧੀ ਦੀਆਂ ਕਹਿੰਦੇ ਵੀ ਤਕੜੀਆਂ ਸਟਾਪਾਂ ਲਾਈਆਂ ਲਓ ਫੇਰ ਤਾੜੀ ਮਾਰ ਦਿਓ ਮੇਰੇ ਵੀਰੋ ਇਹ ਪਰਮਜੀਤ ਟਾਲੀ ਪਿੰਡ ਦੀ ਖਿਡਾਰਨ ਦੇ ਵਾਸਤੇ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ ਉਹ ਛੱਡਦੇ ਹੁਣ ਜਾਣ ਕਹਿੰਦੇ ਨੀ ਕੁੜੀ ਦੀ ਬਸ ਓਕੇ ਧੰਨਵਾਦ ਬਹੁਤ ਬਹੁਤ ਧੰਨਵਾਦ ਬਿਸਲ ਸੁਣ ਲਿਆ ਕਰੋ ਜਦੋਂ ਬਿਸਲ ਦੇਖ ਲਿਆ ਕਰੋ ਬਿਸਲ ਵੱਜਦੀ ਆ ਲਓ ਇਧਰਲੀ ਸਾਈਡ ਆ ਖੇਡ ਮੈਦਾਨ ਦੇ ਵਿੱਚ ਤਕੜਾ ਮੈਚ ਖੇਡਿਆ ਜਾ ਰਿਹਾ ਸਮਾਂ ਸਮਾਪਤ ਹੈ ਜੀ ਡੀਪੀ ਸਾਹਿਬ ਠੀਕ ਹੈ ਕਹਿੰਦੇ ਇੱਥੇ ਸਮਾਂ ਸਮਾਪਤ ਹੈ ਇਹਦੇ ਵਿੱਚ ਖਾਲਸਾ ਕਾਲਜ ਜਲੰਧਰ ਦੀ ਟੀਮ ਦੇ 7 ਪੁਆਇੰਟ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਕਬੱਡੀ ਕਲੱਬ ਜਲੰਧਰ ਦੀ ਟੀਮ ਦੇ 12 ਪੁਆਇੰਟ ਹੁਣ ਰਾਜਨ ਕਿਹੜਾ ਮੈਚ ਹੈ ਇਹ ਮਾਸਟਰ ਜੀ ਦੱਸੋ ਚਮਿਆਰੇ ਨਾਲ ਕਿਹੜਾ ਮੈਚ ਹੈ ਕਿਹੜੀ ਟੀਮ ਦਾ ਮੂਲਿਆ ਖੇੜਾ ਠੀਕ ਹੈ ਲਓ ਮੂਲਿਆ ਖੇੜਿਆਂ ਦੇ ਇਧਰਲੀ ਸਾਈਡ ਮੈਂ ਵੇਖਦਾ ਵੀ ਸੇਠੀ ਸੇ ਹੈ ਸੇਠੀ ਟ੍ਰਿਪਲ ਏ ਪਿੰਡ ਦਾ ਵੀ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਕਬੱਡੀ ਦਾ ਸਟਾਰ ਹੈ ਮੇਰੇ ਪੰਜਾਬੀ ਵੀਰੋ ਰਾਜਾ ਆਇਆ ਜੱਸਾ ਰਾਜਪੁਰ ਭਾਈਆਂ ਵਾਲਾ ਮੇਰੇ ਪੰਜਾਬੀ ਵੀਰੋ ਜਿਹੜੇ ਨਵੇਂ ਸ਼ਹਿਰ ਦਾ ਲਓ ਇਧਰਲੀ ਸਾਈਡ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਸਿਰੇ ਦੀ ਟੀਮ ਪੁੱਜੀ ਹੋਈ ਹੈ ਲਓ ਸਿਰੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜੀ ਆ ਹੁਣ ਜਿਹੜਾ ਮੈਚ ਹੋਣਾ ਉਹ ਬਹੁਤ ਹੀ ਤਕੜਾ ਮੈਚ ਮੇਰੇ ਪੰਜਾਬੀ ਵੀਰੋ ਖੇਡਿਆ ਜਾਣਾ
ਜਿਹੜੀ ਟੀਮ ਜਿੱਤੇਗੀ ਮੈਂ ਪੱਕੇ ਤੌਰ ਤੇ ਦਾਅਵਾ ਕਰਦਾ ਵੀ ਫਾਈਨਲ ਜ਼ਰੂਰ ਖੇਡੇਗੀ ਉਹ ਟੀਮ ਉਹ ਮੇੜੂ ਦੇ ਨਾਲ ਫਾਈਨਲ ਹੋਣਾ ਸਲੱਖਣ ਸਿੰਘ ਜੀ ਕਿਉਂਕਿ ਦੋਨੇ ਟੀਮਾਂ ਹੱਕਦਾਰ ਆ ਦਾਅਵੇਦਾਰ ਆ ਫਾਈਨਲ ਦੀਆਂ ਇਹ ਕੱਪ ਦੀ ਦਾਅਵੇਦਾਰ ਟੀਮ ਹੈ ਮੂਲ ਵਾਲੇ ਖੈਰਿਆਂ ਦੀ ਜਦੋਂ ਜੱਸੇ ਸਿੰਘ ਤੁਸੀਂ ਟੀਮ ਲੈ ਕੇ ਪੁੱਜੇ ਮੈਂ ਤਾਂ ਉਦੋਂ ਹੀ ਦੱਸਦਾ ਸੀ ਵੀ ਆਹ ਟੀਮ ਦਾ ਫਾਈਨਲ ਮੈਚ ਆ ਮੇੜੂ ਦੀ ਟੀਮ ਦੇ ਨਾਲ ਹੋਣਾ ਲਓ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਲਓ ਨਾਨਕ ਸ਼ਹਿਰੀ ਮੁੰਡੀਆਂ ਵਾਲਾ ਆ ਗਿਆ ਆਹ ਨੌਜਵਾਨ ਵੀ ਸਿਰੇ ਦਾ ਪਲੇਅਰ ਆ ਮੇਰੇ ਪੰਜਾਬੀ ਵੀਰੋ ਨਾਨਕ ਸ਼ਹਿਰੀ ਮੁੰਡੀਆਂ ਦਾ 2008-9-10-11-12 ਤੱਕ ਇੰਗਲੈਂਡ ਦੇ 10 ਚਾਂਪੀਅਨ ਦੇ ਵਿੱਚੋਂ ਪਹਿਲੀਆਂ 10 ਪੋਜੀਸ਼ਨਾਂ ਵਿੱਚੋਂ ਕਿਸੇ ਸਾਲ ਚੌਥਾ ਸਥਾਨ ਕਿਸੇ ਸਾਲ ਸੱਤਵਾਂ ਕਿਸੇ ਸਾਲ ਅੱਠਵਾਂ ਇਹ ਸਥਾਨ ਹਾਸਲ ਕਰਨ ਵਾਲਾ ਨਾਨਕ ਸ਼ਹਿਰੀ ਮੁੰਡੀਆਂ ਵਾਲਾ ਮੇਰੇ ਪੰਜਾਬੀ ਵੀਰੋ ਨਾਨਕ ਪੁੱਜਾ ਹੋਇਆ ਸ਼ਹਿਰੀ ਮੁੰਡੀ ਵਾਲਾ ਲਓ ਲੋਹੀਆਂ ਦਾ ਏਰੀਆ ਮੁੰਡੇ ਦਾ ਇੱਧਰਲੀ ਸਾਈਡ ਆ ਪੰਡਿਤ ਲਓ ਰਾਮ ਬਿਲਾਸ ਪੰਡਿਤ ਪੁੱਜਾ ਹੋਇਆ ਇਹ ਮੁੰਡਾ ਜਦੋਂ ਨਿਊਜ਼ੀਲੈਂਡ ਖੇਡਿਆ ਮੁੰਡੇ ਨੇ ਪੂਰਾ ਸਿਰਾ ਕਰਾਇਆ ਕਹਿੰਦੇ ਵੀ ਇਹ ਪੰਡਿਤਾਂ ਦਾ ਮੁੰਡਾ ਇਹ ਪੰਡਿਤਾਂ ਦਾ ਮੁੰਡਾ ਦੇਵੀ ਦਿਆਲ ਸ਼ਰਮਾ ਵੀ ਪੰਡਿਤ ਸੀ ਮੇਰੇ ਵੀਰੋ ਆਹ ਵੀ ਮੁੰਡਾ ਪੰਡਿਤਾਂ ਦਾ ਹੁਸ਼ਿਆਰਪੁਰ ਦਾ ਏਰੀਆ ਇਸ ਨੌਜਵਾਨ ਦਾ ਲਓ ਖੇਡ ਪੁੱਜਾ ਹੋਇਆ ਬਹੁਤ ਬਹੁਤ ਧੰਨਵਾਦ ਆ ਮੰਗਾ ਆਇਰਲੈਂਡ ਸਾਡਾ ਵੀਰ ਵੱਡੇ ਮਾਣ ਕਰਦਾ ਪੰਜਾਬੀ ਬੋਲਣ ਦਾ ਚਰਨਜੀਤ ਚੰਨੀ ਆਇਰਲੈਂਡ ਵਾਲੇ ਕਹਿੰਦੇ ਵੀ ਹੁਣੇ ਹੁਣੇ ਪੁੱਜੇ ਆ ਮੈਂ ਉਹਨਾਂ ਦਾ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਉੱਥੇ ਪਿੱਟੂ ਸਰਪੰਚ ਬੋਪਾ ਰਾਏ ਵਾਲੇ ਵੀ ਪੁੱਜੇ ਆ ਧੰਨਵਾਦ ਆ ਪਿੱਟੂ ਵੀਰ ਜੀ ਜਿਹਨਾਂ ਦਾ ਖੇਡ ਮੇਲਾ ਵੀ ਪੂਰੇ ਸਿੱਖਰਾਂ ਨੂੰ ਛੂ ਗਿਆ ਕਹਿੰਦੇ ਇਸ ਸਾਲ ਬੋਪਾ ਤੇ ਕੱਲ੍ਹ ਸੋਲ ਜਗੀਰ ਦਾ ਖੇਡ ਮੇਲਾ ਵੀ ਸਿੱਖਰਾਂ ਨੂੰ ਛੂ ਗਿਆ ਮੇਰੇ ਪੰਜਾਬੀ ਵੀਰੋ ਚੱਕੇ ਸੋਲੋ ਨੇ ਪੁੱਜਿਆ ਕਿਹੜੀ ਟੀਮ ਆਈ ਗਰਾਊਂਡ ਚ ਚਮਿਆਰਾ ਇਹ ਮੂਲਿਆ ਖਹਿ ਰਿਹਾ ਜੀ ਚਮਿਆਰਾ ਦੀ ਟੀਮ ਵੀ 2 ਮਿੰਟ ਦੇ ਅੰਦਰ ਅੰਦਰ ਗਰਾਊਂਡ ਜਾ ਕੇ ਟੀਮ ਆ ਰਹੀ ਆ ਜਿੱਥੇ ਦਾ ਬਾਲਾ ਟਰਪੱਲਾ ਦੁਨੀਆ ਜਾਣਦੀ ਆ ਸਿੱਖ ਸਰਦਾਰ ਬਾਲੇ ਟਰਪੱਲੇ ਵਾਲੇ ਨੂੰ ਉਹਦਾ ਪਿੰਡੂ ਹੈ ਲਓ ਸੇਠੀ ਟਰਪੱਲੇ ਵਾਲਾ ਵੀ ਪੁੱਜਿਆ ਪੰਡਿਤ ਰਾਮ ਬਿਲਾਲ ਪੁੱਜਿਆ ਹੋਇਆ ਮੇਰੇ ਪੰਜਾਬੀ ਵੀਰੋ ਲਓ ਤਗੜਾ ਮੈਚ ਖੇਡ ਮੈਦਾਨ ਦੇ ਨਿੱਪਾ ਆਹ ਮੁੰਡੇ ਨੇ ਕਹਿੰਦੇ ਵੀ ਇੰਗਲੈਂਡ ਦੇ ਖੇਡ ਮੈਦਾਨ ਵਿੱਚ ਬੱਲੇ ਬੱਲੇ ਕਰਾਈ ਆ ਜਦੋਂ ਕੈਨੇਡਾ ਕੱਪ ਹੋਇਆ ਇੰਗਲੈਂਡ ਦੀ ਟੀਮ ਦੇ ਵਾਸਤੇ ਨਿੱਪੇ ਨਲ ਮਾਣਕ ਦੇ ਤਕੜੇ ਜੱਪੇ ਲਾਏ ਆ ਇੱਕ ਵਾਰ ਧਾੜੀਆਂ ਮਾਰਦੇ ਉਹਨਾਂ ਸਟਾਰਾਂ ਦੇ ਵਾਸਤੇ ਮੇਰੇ ਪੰਜਾਬੀ ਵੀਰੋ ਜੀ ਪਿਆਰ ਕਰਦੇ ਉਹਨਾਂ ਦੀ ਖੇਡ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਆਜਣ ਜੀ ਬਾਕੀ ਪਲੇਅਰ ਵੀ ਆਜਣ ਖੇਡ ਮੈਦਾਨ ਦੇ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤੇ ਗੱਭਰੂ ਸ਼ੈਲ ਬਣ ਕੇ ਆ ਗਏ ਨੇ ਮੈਦਾਨ ਅੰਦਰ ਜੋਸ਼ ਹੁੰਦਾ ਹੈ ਜਿਵੇਂ ਹਾਂਜੀ ਆ ਜਿਹੜੀ ਲੜਕੀਆਂ ਦੀ ਟੀਮ ਹੈ ਇਹਨਾਂ ਦਾ ਮਾਣ ਸਨਮਾਨ ਕਰਨ ਲਈ ਜਥੇਦਾਰ ਬਚਿੱਤਰ ਸਿੰਘ ਜੀ ਕੁਹਾੜ ਸਾਹਿਬ ਉਹਨਾਂ ਦੇ ਨਾਲ ਬਾਬਾ ਜੀ ਜਾਗਰ ਸਿੰਘ ਸਰਪੰਚ ਸਾਹਿਬ ਮਹਿੜੂ ਵਾਲੇ ਤੇ ਬੂਟਾ ਸਿੰਘ ਜੀ ਜੇਈ ਸਾਹਿਬ ਪ੍ਰਧਾਨ ਸੁਖਵਿੰਦਰ ਸਿੰਘ ਇਹ ਬੱਚਿਆਂ ਦਾ ਮਾਣ ਸਨਮਾਨ ਕਰਨਗੇ ਨਾਲ ਮੇਰਾ ਵੀਰ ਬੋਬੀ ਵੀ ਅਗਲਾ ਮੈਚ ਜਿਹੜਾ ਚਮਿਆਰਾ ਤੇ ਮੂਲੇ ਵਾਲੇ ਖਹਿਰਾਂ ਦੀਆਂ ਟੀਮਾਂ 'ਚ ਹੋਣਾ ਚਮਿਆਰੇ ਦੀ ਟੀਮ ਵੀ ਜਲਦੀ ਤੋਂ ਜਲਦੀ ਪਹੁੰਚ ਜਾਏ ਹੈਲੋ ਇੱਧਰ ਮਾਨ ਸਨਮਾਨ ਕੀਤੇ ਜਾ ਰਹੇ ਨੇ ਲੜਕੀਆਂ ਦੀਆਂ ਦੋਨੇ ਟੀਮਾਂ ਦੇ ਉੱਧਰ ਦੋਨੇ ਹੀ ਟੀਮਾਂ ਨੂੰ ਬੇਨਤੀ ਵੀ ਆਓ ਖੇਡ ਮੈਦਾਨ ਦੇ ਵਿੱਚ ਮਾਂ ਖੇਡ ਕਬੱਡੀ ਦਾ ਬਹੁਤ ਰੌਚਕ ਜਿਹਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਠੰਡ ਸਾਊਂਡ ਵਾਲੇ ਸਾਡੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵੀ ਮਾਂ ਖੇਡ ਕਬੱਡੀ ਦੇ ਮੰਗਲ ਸਿੰਘ ਜੀ ਨਾਲ ਆਓ ਯਾਦਗਾਰੀ ਤਸਵੀਰਾਂ ਅੱਜ ਖਿੱਚੀਆਂ ਜਾ ਰਹੀਆਂ ਨੇ ਸੋ ਆ ਵੀ ਮੈਚ ਬੜਾ ਫਸਵਾਂ ਜਿਹੜਾ ਮਹਿਮਾ ਵਾਲਿਆ ਹੋਣ ਜਾ ਰਿਹਾ ਲੱਗਦਾ ਵੀ ਅੱਜ ਡਿਊਟ ਕਮੈਂਟਰੀ ਕਰੇਗਾ ਰਾਜਨ ਜਿਹੜਾ ਦੂਜਾ ਮੈਚ ਲਿਆ ਆ ਠੀਕ ਹੈ ਆ ਜਾ ਤੇਰਾ ਵੀ ਵੈਲਕਮ ਹੈ।